FM 95 ਪੰਜਾਬ ਰੰਗ ਰੰਗ ਜ਼ਿੰਦਗੀ ਦੇ ਧਰਤੀ ਹੈ ਨਨਕਾਣਾ ਸਾਹਿਬ ਦੀ ਬਾਬੇ ਨਾਨਕ ਦੀ ਆਵਾਜ਼ ਔਰ ਤਸਵੀਰ ਹੈ ਤੁਹਾਡੇ ਆਪਣੇ ਮਸੂਦ ਮੱਲੀ ਦੀ ਆਵਾਜ਼ ਰੇਡੀਓ ਤੇ ਸੁਣਨ ਵਾਲਿਆਂ ਲਈ ਔਰ ਫੋਟੋ ਜਿਹੜੇ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜੇ ਨੇ ਉਹਨਾਂ ਵਾਸਤੇ ਇਸ ਵੇਲੇ ਵੀ ਜੀ ਸਾਡੇ ਨਾਲ ਸਾਡੇ ਬੜੇ ਇੱਕ ਪਿਆਰੇ ਜਿਹੇ ਯਾਤਰੀ ਨੇ ਜਿਹੜੀਆਂ ਉਹ ਆ ਗਈਆਂ ਨੇ ਔਰ ਚੇਚਾ ਉਹਨਾਂ ਨੇ ਆਖਿਆ ਕਿ ਮੈਂ ਚੜ੍ਹਦੇ ਪੰਜਾਬ ਤੋਂ ਆਈ ਹਾਂ ਤੇ ਮੈਂ ਵਿਚਾਰ ਵਟਾਂਦਰਾ ਕਰਨਾ ਤੇ ਅਸੀਂ ਵੀ ਜਨਾਬ ਜਿਹਨੂੰ ਕਹਿੰਦੇ ਨਾ ਕਿ ਦਿਲ ਖੋਲ ਕੇ ਇਹਨਾਂ ਦਾ ਸਵਾਗਤ ਕਰਨੇ ਆ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਫਿਰ ਇਹਨਾਂ ਦੇ ਅੰਦਰ ਪੇ ਫਿਰਦੇ ਜਿਹੜੇ ਚਾਹ ਨੇ ਉਸ ਬਾਰੇ ਵੀ ਇਹਨਾਂ ਦੇ ਨਾਲ ਗੱਲਬਾਤ ਕਰਨੇ ਆ ਕਿ ਇਹ ਕੀ ਕਹਿਣਾ ਚਾਹੁੰਦੇ ਨੇ ਔਰ ਕੁਝ ਗੱਲਾਂ ਅਸੀਂ ਵੀ ਇਹਨਾਂ ਤੋਂ ਪੁੱਛਣੀਆਂ ਗਵਾਂਢੀਆਂ ਤੋਂ ਉਹ ਵੀ ਕਰਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਾਂ ਦੱਸਣਾ ਆਪਣਾ? ਮੇਰਾ ਨਾਮ ਮਨਜੀਤ ਕੌਰ ਆ। ਕਿੱਥੋਂ ਆਉਣਾ ਹੋਇਆ? ਇੰਡੀਆ ਤੋਂ ਆਈ ਹਾਂ ਮੈਂ। ਕਿਹੜੇ ਥਾਂ? ਆਪਣਾ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਆਉਣਾ ਹੋਇਆ ਮਨਜੀਤ ਕੌਰ ਜੀ। ਅੱਛਾ ਮਨਜੀਤ ਜੀ, ਇਹ ਦੱਸੋ ਕਿ ਆਏ ਜੇ ਇੱਥੇ ਕੀ ਨਿੱਘ ਪਿਆਰ ਵੇਖ ਰਹੇ ਜੇ, ਕੀ ਲੁਕਾਈ ਦੀ ਮੁਹੱਬਤ ਵੇਖ ਰਹੇ ਜੇ, ਕੀ ਪਾਕਿਸਤਾਨੀ ਸਰਕਾਰ ਦੇ ਉਪਰਾਲੇ ਵੇਖ ਰਹੇ ਜੇ? ਜ਼ਿਆਦਾ ਮੁਹੱਬਤ ਦੇਖ ਰਹੇ ਹਾਂ। ਮਤਲਬ ਸਾਨੂੰ ਬਹੁਤ ਜ਼ਿਆਦਾ ਇੱਥੇ ਮਜ਼ਾ ਆਇਆ ਆਉਣ ਦਾ। ਅਸੀਂ ਪਹਿਲੀ ਵਾਰ ਆਏ ਹਾਂ ਇੰਡੀਆ 'ਚ, ਮਤਲਬ ਸਾਨੂੰ ਆਨੰਦ ਆਇਆ। ਮਤਲਬ ਬਾਬੇ ਨਾਨਕ ਦੀ ਗੋਦੀ 'ਚ ਅਸੀਂ ਆ ਕੇ ਬੈਠੇ ਹਾਂ ਅਤੇ ਸਾਨੂੰ ਅਸੀਂ ਚਾਹੁੰਦੇ ਵੀ ਸਾਨੂੰ ਦੁਬਾਰਾ ਫਿਰ ਮੌਕਾ ਮਿਲੇ, ਅਸੀਂ ਫਿਰ ਆਈਏ ਤੁਹਾਡੇ ਦਰਸ਼ਨ ਕਰੀਏ, ਬਾਬੇ ਦੇ ਦਰਸ਼ਨ ਕਰੀਏ। ਸਾਨੂੰ ਮਤਲਬ ਚੰਗਾ ਲੱਗਾ ਵੀ ਹੁਣ ਸਾਨੂੰ ਐਤਕੀ ਮੌਕਾ ਨਹੀਂ ਮਿਲਿਆ ਪੰਜਾ ਸਾਹਿਬ ਜਾਣ ਦਾ, ਨਾ ਸਾਨੂੰ ਮੌਕਾ ਮਿਲਿਆ ਇੱਧਰ ਆਪਣਾ ਲਾਹੌਰ ਵੱਲ ਜਾਣ ਦਾ, ਤੇ ਇਸ ਕਰਕੇ ਸਾਨੂੰ ਉਹਦਾ ਅਫਸੋਸ ਹੈ ਵੀ ਅਸੀਂ ਜਾ ਨਹੀਂ ਸਕੇ। ਅੱਛਾ ਇਹ ਦੱਸੋ ਕਿ ਸਾਡੇ ਮੁੱਖ ਮੰਤਰੀ ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਜੀ ਚੜ੍ਹਦੇ ਪਾਸਿਓਂ ਭਾਰਤ ਵਾਲੇ ਪਾਸਿਓਂ ਬਾਬੇ ਨਾਨਕ ਦੇ ਜਿੰਨੇ ਨਾਮ ਲੇਵਾ ਨੇ ਉਹਨਾਂ ਦੀ $200 ਫੀਸ ਮਾਫ, ਉਹਨਾਂ ਦੇ ਪਾਕਿਸਤਾਨ ਆਉਣ ਲਈ ਪਾਸਪੋਰਟ ਦੀ ਲੋੜ ਕੋਈ ਨਹੀਂ ਗੀ, ਉਹ ਜਿੰਨੇ ਜੀ ਕਰੇ ਆ ਜਾਣ। ਉਹ 10 ਦਿਨ ਪਹਿਲਾਂ ਇਤਲਾਹ ਦੀ ਵੀ ਸ਼ਰਤ ਮੁੱਕ ਗਈ। 47 ਦੀ ਵੰਡ ਤੋਂ ਲੈ ਕੇ ਅੱਜ ਤੱਕ 72-74 ਵਰ੍ਹਿਆਂ ਦੇ ਵਿੱਚ ਕਦੀ ਇਹੋ ਜਿਹੇ ਪਿਆਰ ਦੀ ਮਿਸਾਲ ਨਹੀਂ ਲੱਭੀ। ਮੈਂ ਚਾਹੁੰਦਾ ਕਿ ਦੱਸੋ ਕਿ ਇੰਡੀਅਨ ਕੌਮ ਇਸ ਐਲਾਨ ਨੂੰ ਔਰ ਇਹ ਉਪਰਾਲੇ ਜਿਹੜੇ ਹੱਕੀ ਸੱਚੀ ਕੀਤੇ ਪਾਕਿਸਤਾਨੀ ਸਰਕਾਰ ਨੇ ਉਹਨਾਂ ਨੂੰ ਕਿੱਦਾਂ ਵੇਖਦੀ ਹੈ? ਨਹੀਂ, ਸਰਕਾਰ ਤਾਂ ਉਹਦੇ ਲਈ ਬਹੁਤ ਖੁਸ਼ ਹੈ, ਪਰ ਉਹ ਚਾਹੁੰਦੇ ਜਿੱਦਾਂ ਤੁਸੀਂ ਇਹ ਫੀਸ ਜਿਹੜੀ ਮਾਫ਼ ਕੀਤੀ ਨਾ, ਸਿਰਫ ਤੁਸੀਂ ਬਾਬੇ ਨਾਨਕ ਦੇ ਜਨਮ ਦਿਨ ਤੱਕ ਕੀਤੀ ਹੋ, ਮਤਲਬ ਇਹ ਪਰਮਾਨੈਂਟ ਮਤਲਬ ਫੀਸ ਫਰੀ ਹੋ ਜਾਵੇ ਨਾ। ਇੰਡੀਆ ਵਾਲੇ ਇਹ ਮਤਲਬ ਚਾਹੁੰਦੇ ਵੀ ਪਰਮਾਨੈਂਟ ਜਿਹੜੀ 1400 ਰੱਖਿਆ ਨਾ, ਮਤਲਬ ਇਹ ਮਤਲਬ ਫਰੀ ਤੌਰ ਤੇ ਆਉਣਾ ਚਾਹੀਦਾ ਜਿਹੜਾ ਆਵੇ, ਮਤਲਬ ਫਰੀ ਯਾਤਰਾ ਕਰਕੇ ਜਾਵੇ ਨਾ ਬਾਬਾ। ਅੱਛਾ ਇਹ ਦੱਸੋ ਕਿ ਉਧਰੋਂ ਜਿਹੜੀਆਂ, ਮਾਫੀ ਚਾਹਾਂਗਾ, ਚੜ੍ਹਦੇ ਪਾਸਿਓਂ ਕੋਈ ਸਾਨੂੰ ਜਿੱਦਾਂ ਅਸੀਂ ਚਾਹ ਨਾ ਟੱਪ ਟੱਪ ਕੇ ਨਸ ਭਜ ਸਾਰੀ ਕਰਨ ਡੇ ਸਾਂ, ਸ਼ਾਬਾਸ਼ੀ ਜਿਹੜੀ ਆਉਣੀ ਚਾਹੀਦੀ ਸੀਗੀ ਉਹ ਮਨਜੀਤ ਜੀ ਉਦਾਂ ਮਾਫੀ ਚਾਹਾਂਗਾ ਆਈ ਨਹੀਂ, ਤੁਸੀਂ ਇਹਨੂੰ ਕਿੱਦਾਂ ਵੇਖਦੇ ਜੀ? ਇਹ ਜੋ ਕੁਛ ਹੋਇਆ ਆ ਕਿ ਇਹਦੇ ਲਈ ਅਸੀਂ ਸ਼ਾਬਾਸ਼ੀ ਦੇ ਲਾਇਕ ਨਹੀਂ ਸਾਂ? ਕਿਉਂ ਨਹੀਂ ਲਾਇਕ, ਬਿਲਕੁਲ ਲਾਇਕ ਆ ਤੁਸੀਂ, ਮਤਲਬ ਸਾਡੇ ਨਾਲ ਇੰਨੇ ਪਿਆਰ ਮੁਹੱਬਤ ਨਾਲ ਪੇਸ਼ ਆ ਰਹੇ, ਸਾਡੇ ਨਾਲ ਜਿੱਥੇ ਵੀ ਅਸੀਂ ਜਾਂਦੇ ਸਾਨੂੰ ਖੁਸ਼ ਹੋ ਕੇ ਬੁਲਾਉਂਦੇ, ਮਤਲਬ ਇੰਨਾ ਇੱਜ਼ਤ ਮਾਣ ਸਾਡਾ ਕਰਨ ਡੇ, ਮਤਲਬ ਸਾਨੂੰ ਚੰਗਾ ਲੱਗਾ। ਮਤਲਬ ਤੇ ਕੀ ਸੁਨੇਹਾ ਜਿਹੜਾ ਇਹ ਲੈ ਕੇ ਚੜ੍ਹਦੇ ਪਾਸੇ ਜਾਓਗੇ ਤੇ ਕੀ ਜਾ ਕੇ ਉੱਥੇ ਦੱਸੋਗੇ ਵੀ ਪਾਕਿਸਤਾਨ 'ਚ ਕੀ ਮਾਹੌਲ ਮਿਲਿਆ? ਅਸੀਂ ਚਾਹੁੰਦੇ ਵੀ ਦੋਨੋਂ ਦੇਸ਼ ਇੱਕ ਹੋ ਜਾਣ, ਬਸ ਇਹਨਾਂ ਦਾ ਆਪਸ ਵਿੱਚ ਜਿਹੜਾ ਹੈਗਾ ਮਤਲਬ ਉਹ ਵੈਰ ਵਿਰੋਧ ਖਤਮ ਹੋ ਜਾਵੇ, ਇੱਕ ਹੋ ਜਾਣ, ਮਤਲਬ ਦੋਨੋਂ ਅਸੀਂ ਪਾਕਿਸਤਾਨ ਵੱਲੋਂ ਤੇ ਇਸ ਵੈਰ ਵਿਰੋਧ ਨੂੰ ਮੁਕਾਉਣ ਵਾਸਤੇ ਸ਼ੁਰੂਆਤ ਕੀਤੀਆਂ ਗਈਆਂ, ਤੁਸੀਂ ਚੜ੍ਹਦੇ ਪਾਸਿਓਂ ਕੀ ਆਸ ਰੱਖਦੇ ਜੀ, ਉਸ ਬਾਰੇ ਕੀ ਕਹੋਗੇ? ਅਸੀਂ ਇਹੀ ਕਹਿੰਦੇ ਵੀ ਭੈਣ ਭਰਾ ਆਪਸ ਵਿੱਚ ਪਿਆਰ ਨਾਲ ਮਿਲਣ, ਮਤਲਬ ਆਪਸ ਵਿੱਚ ਅਸੀਂ ਇੱਕ ਦੂਜੇ ਦੇ ਰਸਤਾ ਸਾਡੇ ਦੇ ਖੁੱਲੇ, ਅਸੀਂ ਵੀ ਆਈਏ ਜਾਈਏ ਆਉਣਾ ਜਾਣਾ ਸਾਡਾ ਵੀ ਖੁੱਲੇ, ਤੁਸੀਂ ਵੀ ਸਾਡੇ ਕੋਲ ਆਵੋ ਅਸੀਂ ਵੀ ਜਾਈਏ ਤੁਹਾਡੇ ਕੋਲ ਨਾ, ਸਾਡੇ ਮਨ 'ਚ ਮਤਲਬ ਇਹ ਨਾ ਹੋਵੇ ਵੀ ਸਾਡੇ ਮਤਲਬ ਮੌਕਾ ਨਹੀਂ ਮਿਲਿਆ ਜ਼ਿੰਦਗੀ 'ਚ ਜਾਣ ਦਾ। ਬਾਬਾ ਗੁਰੂ ਨਾਨਕ ਦੇਵ ਜੀ ਦੇ ਇਸ ਜਨਮ ਦਿਨ ਦੇ ਉੱਤੇ ਪਾਕਿਸਤਾਨੀ ਸਰਕਾਰ ਵੱਲੋਂ ਤੁਹਾਡੇ ਰਹਿਣ ਸਹਿਣ ਲੰਗਰ ਪਾਣੀ ਵੱਲੋਂ ਜੋ ਉਪਰਾਲੇ ਕੀਤੇ ਗਏ ਨੇ, ਜੋ ਪ੍ਰਬੰਧ ਕੀਤੇ ਗਏ ਨੇ, ਉਸ ਬਾਰੇ ਜ਼ਰਾ ਖੁੱਲ੍ਹ ਕੇ ਗੱਲ ਦੱਸਣਾ। ਬਹੁਤ ਵਧੀਆ ਪ੍ਰੋਗਰਾਮ ਹੈ, ਮਤਲਬ ਪ੍ਰਬੰਧ ਬਹੁਤ ਜ਼ਿਆਦਾ ਵਧੀਆ ਕੀਤੇ ਗਏ ਆ, ਕਿਸੇ ਗੱਲ ਦੀ ਕਮੀ ਨਹੀਂ ਹੋਈ ਹੈਗੀ। ਅੱਛਾ, ਵਧੀਆ ਲੱਗਾ ਸਾਨੂੰ, ਬਹੁਤ ਵਧੀਆ ਲੱਗਾ, ਮਤਲਬ ਅਸੀਂ ਜਾ ਕੇ ਉੱਥੇ ਸਭ ਨਾਲ ਗੱਲ ਕਰਾਂਗੇ, ਇਹੀ ਮਤਲਬ ਇਹੀ ਦੱਸਾਂਗੇ ਵੀ ਸਾਨੂੰ ਉੱਥੇ ਮੌਕਾ ਮਿਲਿਆ ਜਾਣ ਦਾ, ਪਰਮਾਤਮਾ ਸਾਰਿਆਂ ਨੂੰ ਦੇਵੇ ਮੌਕਾ ਉੱਥੇ ਜਾਣ ਦਾ ਨਾ। ਤੇ ਜਦੋਂ ਉੱਥੇ ਤੁਰੇ ਸੀਗੇ ਤੇ ਕੁਝ ਗੱਲਾਂ ਉਧਰੋਂ ਵੀ ਕੀਤੀਆਂ ਹੋਣੀਆਂ ਕਿ ਉੱਥੇ ਇੰਜ ਤੇ ਉੱਥੇ ਇੰਜ, ਉਹ ਗੱਲਾਂ ਜਿਹੜੀਆਂ ਵੀ ਮਤਲਬ ਉੱਥੇ ਹੋ ਸਕਦਾ ਵੀ ਸਾਨੂੰ ਮਤਲਬ ਕਿਸੇ ਗੱਲ ਦੀ ਕੋਈ ਪ੍ਰੋਬਲਮ ਆਵੇ ਜਾਂ ਕਿੱਦਾਂ ਵੀ ਹੈ, ਮਤਲਬ ਪਰ ਸੁਣਨ 'ਚ ਤੇ ਦੇਖਣ 'ਚ ਫਰਕ ਬਹੁਤ ਹੈ ਨਾ। ਕਿੰਨਾ ਕੁ ਫਰਕ ਨਿਕਲਿਆ? ਬਹੁਤ ਵਧੀਆ ਫਰਕ ਲੱਗਾ ਸਾਨੂੰ, ਚੰਗਾ ਲੱਗਾ, ਮਤਲਬ ਗੱਲ ਕੀ ਚੰਗਾ ਲੱਗਾ ਸਾਨੂੰ, ਜੋ ਸੁਣਿਆ ਸੀ ਉਸ ਤੋਂ ਬਹੁਤ ਅੱਡ ਨਿਕਲਿਆ। ਹਾਂ, ਵਧੀਆ ਨਿਕਲਿਆ, ਬਹੁਤ ਵਧੀਆ ਨਿਕਲਿਆ। ਹਾਂ, ਅੱਛਾ ਜੀ, ਸਾਡੀ ਅਰਦਾਸ ਹੈ ਕਿ ਜਦੋਂ ਤੱਕ ਤੁਸੀਂ ਇੱਥੇ ਹੈ ਜੇ ਸੋਹਣੀਆਂ ਯਾਦਾਂ ਲੈ ਕੇ ਬਾਬੇ ਨਾਨਕ ਦੀ ਧਰਤੀ ਤੇ ਜਾਓ ਔਰ ਉਹ ਸੋਹਣੀਆਂ ਗੱਲਾਂ ਜਿਹੜੀਆਂ ਉਧਰ ਜਾ ਕੇ ਕਰੋ। ਆਨੰਦ ਆ ਰਿਹਾ ਇੱਥੇ, ਅਸੀਂ ਜਿੰਨੀ ਵਾਰ ਸਾਨੂੰ ਮੌਕਾ ਮਿਲਦਾ ਸੀ ਬਾਬੇ ਨਾਨਕ ਦੇ ਜਾ ਕੇ ਮੱਥਾ ਟੇਕਦੇ ਹਾਂ ਵੀ ਮੁੜ ਕੇ ਜ਼ਿੰਦਗੀ 'ਚ ਪਤਾ ਨਹੀਂ ਸੀ ਆਉਣਾ ਜਾਂ ਨਹੀਂ ਆਉਣਾ, ਮਤਲਬ ਪਹਿਲੀ ਵਾਰ ਅਸੀਂ ਆ ਰਹੇ ਹਾਂ, 55 ਸਾਲ ਦੀ ਉਮਰ ਹੋ ਗਈ ਹੈ, ਮਤਲਬ ਪਹਿਲੀ ਵਾਰ ਇੱਥੇ ਆਏ, ਮਤਲਬ ਮਨਜੀਤ ਜੀ ਕੀ ਸੁਣਾ ਹੈ ਜਿਹੜਾ ਇਸ ਵੇਲੇ ਪਾਕਿਸਤਾਨੀ ਪਬਲਿਕ ਨੂੰ ਦੋਗੇ ਇਹਨਾਂ ਦੇ ਮੋਹ ਪਿਆਰ ਵੱਲੋਂ ਔਰ ਇਹਨਾਂ ਦੇ ਸਤਿਕਾਰ ਵੱਲੋਂ? ਨਹੀਂ, ਅਸੀਂ ਤਾਂ ਇਹੀ ਕਹਿੰਦੇ ਪਰਮਾਤਮਾ ਸਾਹਿਬ ਦੀਆਂ ਤੰਦਰੁਸਤੀ। ਪਾਕਿਸਤਾਨੀ ਪਬਲਿਕ ਨੂੰ ਕਹਿਣਾ ਤੁਸੀਂ? ਪਾਕਿਸਤਾਨੀ ਪਬਲਿਕ ਨੂੰ ਅਸੀਂ ਆਪਣੇ ਭਰਾ ਹੀ ਸਮਝਦੇ ਉਹਨਾਂ ਨੂੰ, ਮਤਲਬ ਅਸੀਂ ਸੋਹਣੇ ਪਏ ਉਹਨਾਂ ਦੇ ਸਾਰੇ, ਮਤਲਬ ਉਹਨਾਂ ਦੀ ਤੰਦਰੁਸਤੀ ਪਰਮਾਤਮਾ ਬਖਸ਼ੇ, ਉਹ ਠੀਕ ਠਾਕ ਚੜ੍ਹਦੀ ਕਲਾ 'ਚ ਰਹਿਣ ਬਸ। ਬੜੀ ਮਿਹਰਬਾਨੀ ਹੈ ਸੰਜੀ ਮਨਜੀਤ ਜੀ ਚੜ੍ਹਦੇ ਪੰਜਾਬ ਤੋਂ ਔਰ ਸਾਡੇ ਗੁਆਂਢੀ ਮੁਲਕ ਤੋਂ। ਸੋ FM 95 ਪੰਜਾਬ